ਸੋਸ਼ਲ ਮੀਡੀਆ ਤੇ ਰੌਣਕ ਮੇਲਾ ਚੱਲਦਾ ਰਹਿੰਦਾ ਹੈ ਲੋਕਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਫੋਟੋਜ਼ ਵੀਡੀਓਜ਼ ਐਡਿਟ ਕਰਕੇ ਫੇਸਬੁੱਕ ਇੰਸਟਾਗ੍ਰam YouTube ਤੇ ਸ਼ੇਅਰ ਕੀਤੀਆਂ ਜਾਂਦੀਆਂ ਨੇ ਤਾਂ ਹੁਣ ਭਾਈ ਅਮਰਿਤਪਾਲ ਸਿੰਘ ਦੀ ਇੱਕ ਫੋਟੋ ਸ਼ੇਅਰ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਇਹ ਲੱਗ ਰਿਹਾ ਕਿ ਇਹ ਇਹਨਾਂ ਦੀ ਬਚਪਨ ਦੀ ਫੋਟੋ ਹੈ ਤੇ ਹਰਨੇਕ ਸਿੰਘ ਨਿਊਜ਼ੀਲੈਂਡ ਨੇ ਵੀ ਇਹ ਆਪਣੀ ਵੌਲ ਤੇ ਸ਼ੇਅਰ ਕੀਤੀ ਹੈ ਤੇ ਨਾਲ ਹੀ ਲਿਖਦੇ ਆ ਇਹ ਨਵੀਂ ਆ ਜਾਂ ਪੁਰਾਣੀ ਤਾਂ ਇਹਦੇ ਪੋਸਟ ਦੇ ਥੱਲੇ ਲੋਕਾਂ ਵੱਲੋਂ ਕਮੈਂਟ ਕੀਤੇ ਜਾਂਦੇ ਨੇ ਹਰਜੋਤ ਗੌਰ ਕਹਿੰਦੇ ਆ ਸਟੈਲਾਂ ਨੇ ਮਾਰ ਲਿਆ ਤਾਂ ਹੀ ਤੇ ਪੜਿਆ ਨਹੀਂ ਤੇ ਘਰ ਦੇਆਂ ਨੂੰ ਦਵਾਈ ਦਫਾ ਕਰਨਾ ਪਿਆ ਇੱਕ ਅਮਰਿੰਦਰ ਸ਼ਰਮਾ ਕਹਿੰਦੇ ਆ ਪਲਾਸਟਿਕ ਸਰਜਰੀ ਸੀ 2 ਘੰਟੇ ਪਹਿਲੇ ਕੀਤੀ ਹੈ बाबू भैया ਤੇ ਨਾਲ ਹੀ ਤੁਹਾਨੂੰ ਦੱਸ ਦਈਏ ਹਰਨੇਕ ਸਿੰਘ ਨੇ ਇੱਕ ਪੋਸਟਰ ਸ਼ੇਅਰ ਕੀਤੀ ਹੈ ਸਿਮਰਨਜੀਤ ਸਿੰਘ ਮਾਨ ਬਾਰੇ ਪੱਤਰਕਾਰ ਸਿਮਰਨਜੀਤ ਸਿੰਘ ਮਾਨ ਨੂੰ ਸਵਾਲ ਪੁੱਛਦੇ ਨੇ ਕਿ ਹੁਣ ਤੱਕ ਤੁਹਾਡੀ ਕੋਈ ਅਮਰਤਪਾਲ ਸਿੰਘ ਨਾਲ ਕੋਈ ਫੋਨ ਤੇ ਗੱਲ ਹੋਈ ਹੈ ਤਾਂ ਉਹ ਆਖਦੇ ਨੇ ਕਿ ਮੈਂ ਤੁਹਾਨੂੰ ਕਿਉਂ ਦੱਸਾਂ ਨਾਲ ਹੀ ਕਹਿੰਦੇ ਨੇ ਕਿ ਸਿੱਖ ਕਦੇ ਵੀ ਸਰੈਂਡਰ ਨਹੀਂ ਕਰਦੇ ਭਿੰਡਰਾਂ ਵਾਲਿਆਂ ਨੇ 76 ਗੋਲੀਆਂ ਆਪਣੀ ਛਾਤੀ ਤੇ ਖਾਧੀਆਂ ਸੀ ਤੇ ਹਰਨੇਕ ਸਿੰਘ ਨੇ ਜੋ ਲਿਖਿਆ ਇਹ ਕਹਿੰਦੇ ਨੇ ਭਿੰਡਰਾਂ ਵਾਲੇ ਦੀ ਛਾਤੀ 'ਚ ਵੱਜੀਆਂ ਗੋਲੀਆਂ ਦਾ ਨਵਾਂ ਰਿਕਾਰਡ ਉਦੋਂ ਕਿ 13 ਅਮਰਿਤਪਾਲ ਛੱਤੀ ਸਿਮਰਨਜੀਤ ਸਿੰਘ ਮਾਨ 72 ਇਹ 2022 ਤੱਕ ਦਾ ਰਿਕਾਰਡ ਸੀ ਹੁਣ 2023 ਵਿੱਚ 72 ਤੋਂ ਵੱਧ ਕੇ 76 ਹੋ ਗਈਆਂ ਭਲਾ ਸੋਚੋ 2-300 ਸਾਲ ਬਾਅਦ ਕੀ ਬਣੂਗਾ ਹਰਨੇਕ ਸਿੰਘ ਨਿਊਜ਼ੀਲੈਂਡ ਤਾਂ ਇਹਨਾਂ ਪੋਸਟਾਂ ਦੇ ਸਬੰਧ ਵਿੱਚ ਤੁਹਾਡੇ ਸਭ ਦੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ